ਵਰਕ ਕੰਪਿਊਟਰ ਕੰਪਿਊਟਰ ਜਿਹੜਾ ਹੈ ਉਹ ਵਰਕ ਇਹਦੇ ਬੇਸ ਤੇ ਕਰਦਾ ਹੈ ਡਿਜੀਟਲ ਇਲੈਕਟ੍ਰੋਨਿਕਸ ਦੇ ਕਿਉਂਕਿ ਜਿਹੜਾ ਕੰਪਿਊਟਰ ਹੈ ਓਨਲੀ 0 ਐਂਡ 1 ਨੂੰ ਹੀ ਆਈਡੈਂਟੀਫਾਈ ਕਰਦਾ ਹੋਰ ਲੈਂਗੁਏਜ ਕਿਸੇ ਵੀ ਲੈਂਗੁਏਜ ਨੂੰ ਆਈਡੈਂਟੀਫਾਈ ਨਹੀਂ ਕਰਦਾ ਸਭ ਤੋਂ ਪਹਿਲੇ ਆਪਾਂ ਜਾਣਦੇ ਹਾਂ ਕਿ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ 0 ਤੇ 1 ਨੂੰ ਕੀ ਕਹਿੰਦੇ ਆ ਆਪਾਂ 0 ਤੇ 1 ਕੀ ਹੈਗਾ ਸਾਡਾ ਸਿਰਫ 2 ਹੀ ਬਿਟਸ ਯੂਜ਼ ਹੋ ਰਹੇ ਆ ਇਹਨੂੰ ਆਪਾਂ ਬਿਟਸ ਕਹਿ ਦਿੰਦੇ ਹਾਂ 2 ਹੀ ਬਿਟਸ ਯੂਜ਼ ਹੋ ਰਹੇ 0 ਐਂਡ 1 ਇਹਦਾ ਮਤਲਬ 2 ਬਿਟਸ ਮਤਲਬ ਬਾਈਨਰੀ ਆਇਦਰ ਆ ਜੋ ਬਾਈਨਰੀ ਬਾਈਨਰੀ ਦੇ ਵਿੱਚ ਆਪਣੇ ਇਸ ਦਾ ਬੇਸ ਹੋ ਗਿਆ 2 ਔਰ ਇਸ ਦੇ ਬਿਟਸ ਹੋ ਗਏ 0 ਐਂਡ 1 ਕਲੀਅਰ ਹੁਣ ਇਸ ਸਾਈਡ ਤੇ ਮੈਂ ਲਿਖਿਆ ਹੈ ਡਿਜੀਟਲ ਡੈਸੀਮਲ ਨੰਬਰ ਸਿਸਟਮ ਇਸ ਸਾਈਡ ਲਿਖਿਆ ਮੈਂ ਡੈਸੀਮਲ ਨੰਬਰ ਸਿਸਟਮ ਡੈਸੀਮਲ ਨੰਬਰ ਸਿਸਟਮ ਦੇ ਵਿੱਚ ਕੀ ਹੈ ਡੈਸੀਮਲ ਨੰਬਰ ਸਿਸਟਮ ਵਿੱਚ ਉਹ ਨੰਬਰ ਹਨ ਜਿਸ ਦੇ ਵਿੱਚ ਆਪਾਂ ਆਪਣੀ ਆਮ ਰੋਜ਼ਮਰਾ ਦੀ ਜਿਹੜੀ ਹੈ ਕੈਲਕੂਲੇਸ਼ਨ ਕਰਦੇ ਹਾਂ ਜਿਸ ਤਰ੍ਹਾਂ 0 ਤੋਂ ਲੈ ਕੇ 9 ਤੱਕ ਆਪਾਂ ਇਸ ਡਿਜਿਟ ਨੂੰ ਲੈ ਕੇ ਕੋਈ ਵੀ ਨੰਬਰ ਬਣਾਉਣਾ ਹੋਵੇ ਕੋਈ ਵੀ ਸੰਖਿਆ ਲਿਖਣੀ ਹੈ ਤੇ ਆਪਾਂ ਲਿਖ ਸਕਦੇ ਹਾਂ ਬਟ ਜੇ ਬਾਈਨਰੀ ਦੇ ਵਿੱਚ ਆਪਾਂ 7 ਲਿਖਣਾ ਹੈ ਤਾਂ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਲਿਖਿਆ ਜਾਣਾ ਬਾਈਨਰੀ ਦੇ ਵਿੱਚ ਸਾਨੂੰ ਇਹ ਤਾਂ ਪਤਾ ਵੀ 0 ਇਸ ਤਰ੍ਹਾਂ ਹੋਊਗਾ ਔਰ 1 ਇਸ ਤਰ੍ਹਾਂ ਹੋਊਗਾ ਬਟ ਉਸ ਦੇ ਵਿੱਚ 7 ਕਿਸ ਤਰ੍ਹਾਂ ਲਿਖਿਆ ਜਾਣਾ 8 ਕਿਸ ਤਰ੍ਹਾਂ ਲਿਖਿਆ ਜਾਣਾ ਉਹ ਲਿਖਣ ਦੇ ਲਈ ਇੱਕ ਸਿੰਪਲ ਜਿਹਾ ਵੇ ਹੈ BCD ਕੋਡ ਬਾਈਨਰੀ ਕੋਡਡ ਡੈਸੀਮਲ ਨੰਬਰ ਸਿਸਟਮ ਬਾਈਨਰੀ ਕੋਡਡ ਡੈਸੀਮਲ ਨੰਬਰ ਸਿਸਟਮ ਇਸ ਨੰਬਰ ਦੇ ਵਿੱਚ ਇਹਦੇ ਬੇਸ ਕੀ ਹੈ ਸਾਡੇ ਕੋਲ 2 ਤੇ 2 ਦੀ ਪਾਵਰ ਆਪਾਂ ਲਈ ਹੈ 0 1 2 1 2 ਔਰ 3 ਇਸ ਨੂੰ ਸੋਲਵ ਕਰੀਏ ਕਿਸੇ ਵੀ ਅੰਕ ਦੀ ਜੇ ਪਾਵਰ 0 ਹੋਵੇ ਤਾਂ ਉਸ ਦਾ ਮਤਲਬ ਕੀ ਹੁੰਦਾ 1 2 4 8 ਬੀਸੀਡੀ ਕੋਡ ਸਿਸਟਮ ਕਹਿੰਦਾ ਹੈਗਾ ਵੀ ਮੰਨ ਲਓ ਜਿਹੜਾ ਬਿਟ ਤੁਸੀਂ ਯੂਜ਼ ਕਰ ਰਹੇ ਹੋ ਉਹ ਬਿਟ ਨੂੰ ਹਾਈ ਕਰ ਦਿਓ ਔਰ ਬਾਕੀ ਦੇ ਬਿਟਸ ਜਿਹੜੇ ਹੈ ਉਹ ਲੋ ਕਰ ਦਿਓ ਇਸ ਚੀਜ਼ ਨੂੰ ਕਰਨ ਦੇ ਲਈ ਮੰਨ ਲਓ ਆਪਾਂ ਜੇ ਬਾਈਨਰੀ ਦੇ ਵਿੱਚ 0 ਲਿਖਣਾ ਹੈ ਤੇ ਮੈਂ ਇਸਤੇ ਇਸ ਤਰ੍ਹਾਂ ਲਿਖ ਸਕਦਾ ਕਿਉਂਕਿ ਇਹ ਜਿਹੜੇ ਬਿਟਸ ਹੈ ਮੇਰੇ ਕੋਲੋਂ ਇਹਨਾਂ ਵਿੱਚੋਂ ਕੋਈ ਵੀ ਬਿਟ ਜਿਹੜਾ ਮੇਰਾ ਹੈ ਉਹ ਹਾਈ ਨਹੀਂ ਹੋ ਰਿਹਾ ਕਲੀਅਰ ਜੇ ਇਹਨਾਂ ਵਿੱਚੋਂ ਮੇਰਾ ਕੋਈ ਵੀ ਬਿਟ ਹਾਈ ਨਹੀਂ ਹੋ ਰਿਹਾ ਇਟ ਮੀਨਸ ਮੈਂ ਇਹਨਾਂ ਨੂੰ 0-0 ਲਿਖ ਸਕਦਾ ਇਹਨੂੰ ਮੈਂ 0-0 ਲਿਖ ਦਿੱਤਾ ਹੁਣ ਮੈਂ ਲਿਖਣਾ ਚਾਹੁੰਦਾ ਹੈਗਾ 1 ਕਿਹਦੇ ਵਿੱਚ ਲਿਖਣਾ ਚਾਹੁੰਦਾ ਬਾਈਨਰੀ ਦੇ ਵਿੱਚ ਤੇ ਬਾਈਨਰੀ ਦੇ ਵਿੱਚ ਲਿਖਣ ਦੇ ਲਈ ਇਹ ਬਿਟ ਇੱਥੇ ਮੇਰੇ ਕੋਲ ਜਿਹੜਾ ਹੈ 1 ਅਵੇਲੇਬਲ ਹੈ ਤਾਂ ਮੈਂ ਇਸ ਨੂੰ 1 ਹਾਈ ਕਰ ਦੂੰਗਾ ਬਾਕੀ ਦੇ ਸਾਰੇ ਲੋ ਕਰ ਦੂੰਗਾ ਹੁਣ ਇਸ ਤੋਂ ਬਾਅਦ 2 ਲਿਖਣਾ ਹੈ ਇਸ ਸਾਈਡ ਤੇ 2 ਮੈਨੂੰ ਪਤਾ ਇਸ ਤਰ੍ਹਾਂ ਹੁੰਦਾ ਬਟ ਬਾਈਨਰੀ ਦੇ ਵਿੱਚ ਮੈਨੂੰ ਨਹੀਂ ਪਤਾ ਇਸ ਲਈ ਮੈਂ ਇਸ ਨੂੰ ਡਿਲੀਟ ਕਰਕੇ 2 ਜਿਹੜਾ ਹੈ ਇੱਥੇ ਲਿਖਾਂਗਾ 1-0 ਔਰ ਬਾਕੀ ਦੇ ਜਿਹੜੇ ਬਿਟ ਹੈ ਮੇਰੇ ਲੋ ਹੋ ਜਾਣਗੇ ਹੁਣ ਬੀਸੀਡੀ ਕੋਡ ਸਿਸਟਮ ਕਹਿੰਦਾ ਹੈਗਾ ਕਿ ਜੇ ਤੁਸੀਂ ਬਿਟ ਕੋਈ ਯੂਜ਼ ਕਰਦੇ ਹੋ ਮੰਨ ਲਓ ਹੁਣ ਤੁਸੀਂ 3 ਲਿਖਣਾ ਹੈ ਤੇ ਉਹ ਜਿਹੜਾ ਬੀਸੀਡੀ ਕੋਡ ਸਿਸਟਮ ਹੈ 8421 ਇਹਦੇ ਵਿੱਚ 3 ਕਿਤੇ ਨਹੀਂ ਹੈ ਤੇ ਕੀ ਕਹਿੰਦਾ ਹੈਗਾ ਤੁਸੀਂ ਬਿਟ ਐਡ ਕਰੋ ਬਿਟ ਐਡ ਕਰਕੇ ਅਗਲਾ ਨੰਬਰ ਤੁਸੀਂ ਕ੍ਰੀਏਟ ਕਰ ਸਕਦੇ ਹੋ ਤੇ ਕੀ ਕਰਾਂਗਾ ਮੈਂ 2+1 ਮਤਲਬ 1 ਵਾਲੀ ਬਿਟ ਮੇਰੀ ਹਾਈ ਔਰ 2 ਦੀ ਵੀ ਹਾਈ ਬਾਕੀ ਦੀਆਂ ਲੋ ਇਸੇ ਤਰ੍ਹਾਂ ਮੈਂ 4 ਲਿਖਾਂਗਾ 1-0-0-0 5 ਲਿਖਣ ਦੇ ਲਈ ਮੈਨੂੰ 4+1 ਕਰਨਾ ਪਊਗਾ ਮਤਲਬ 1-0-1 6 ਵਾਸਤੇ 1-1-0 7 ਵਾਸਤੇ 0-1-1-1 ਔਰ 8 ਵਾਸਤੇ 1-0-0-0 ਔਰ 9 ਵਾਸਤੇ ਲਿਖਾਂਗਾ 1-0-0-1 ਇਸੇ ਤਰ੍ਹਾਂ ਹੀ ਮੈਂ ਇਸਨੂੰ ਇੱਥੋਂ ਤੱਕ ਇਹਨੂੰ 15 ਤੱਕ ਔਰ 15 ਦੇ ਆ ਕੇ ਮੇਰਾ 1-1-1 ਚਾਰੇ ਬਿੱਟਾਂ ਜਿਹੜੀਆਂ ਮੇਰੀਆਂ ਹਾਈ ਹੋ ਜਾਣਗੀਆਂ ਇੱਥੋਂ ਮੈਨੂੰ ਪਤਾ ਚੱਲ ਗਿਆ ਕਿ ਮੈਂ 15 ਤੱਕ ਡੈਸੀਮਲ ਨੰਬਰ ਸਿਸਟਮ ਵਿੱਚ ਇਸ ਤਰ੍ਹਾਂ ਲਿਖ ਸਕਦਾ ਠੀਕ ਹੈ ਹੁਣ ਜੇ ਆਪਾਂ ਇਸ ਟੌਪਿਕ ਨੂੰ ਲੰਬਾ ਲੈ ਜਾਈਏ ਤੇ ਇਹ ਇਸ ਨੂੰ ਆਪਾਂ ਇੰਟਰ ਕਰਨਾ ਪਊਗਾ ਡੈਸੀਮਲ ਨੰਬਰ ਸਿਸਟਮ ਦੇ ਵਿੱਚ ਬਾਈਨਰੀ ਨੰਬਰ ਸਿਸਟਮ ਦੇ ਵਿੱਚ ਆਪਾਂ ਉਸ ਸਾਈਡ ਨੂੰ ਜਾਵਾਂਗੇ ਨਹੀਂ ਫਿਲਹਾਲ ਤੁਹਾਨੂੰ 0 ਤੋਂ ਲੈ ਕੇ 1 ਤੱਕ ਆਪਾਂ ਸਮਝਾ ਦਿੱਤਾ ਇਸ ਤੋਂ ਬਾਅਦ ਆਪਾਂ ਚੱਲਾਂਗੇ ਕਿਸ ਤਰ੍ਹਾਂ ਵਰਕ ਕਰਦਾ ਇਹ ਗੇਟਸ ਦੇ ਵਿੱਚ ਤਾਂ ਚਲੋ ਆਪਾਂ ਹੁਣ ਚੱਲੀਏ ਗੇਟਸ ਬਾਰੇ ਨੌਲੇਜ ਲੈਣ ਵਾਸਤੇ ਥੈਂਕ ਯੂ